ਪਿੰਡ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਪਿੰਡ ਹੈ ਤੇ ਉੱਥੇ ਕਥਾ ਕਰਦਿਆਂ ਹੋਇਆ ਸੰਤ ਕਰਤਾਰ ਸਿੰਘ ਨੇ ਕਿਹਾ ਜੀਵ ਆਇਆਂ ਨੂੰ ਜੇ ਆ ਗਏ ਹੋ ਧੰਨ ਭਾਗ ਹੈ। ਸਾਧ ਸੰਗਤ ਜੀ ਗ੍ਰਿਸਤੀ ਸਿੰਘ ਵੀ ਦੇਖ ਲਓ ਖੇਤੀਬਾੜੀ ਵੀ ਕਰਦੇ ਆ ਤੇ ਇੱਕ ਸੋ ਇੱਕ ਜਪਜੀ ਸਾਹਿਬ ਵੀ ਕਰਦੇ ਆ। ਹਾਂਜੀ ਮੈਂ ਇਕਦਮ ਨਿਗਾਹ ਉੱਤੇ ਚੱਕ ਕੇ ਦੇਖੀ ਤੇ ਮਹਾਂਪੁਰਖ ਖੜੇ ਸੀ। ਹਾਂਜੀ ਰੱਖ ਗਰੀਬੀ ਬੇਸ ਵਿੱਚ ਜ਼ਿਆਦਾ ਰਹਿੰਦੇ ਸੀ ਸੰਤ ਜੀ ਨਾਲ, ਮਤਲਬ ਕਿ ਹਾਂ ਛੋਟਾ ਜਿਹਾ ਚੋਲਾ ਸਾਦੀ ਜੀ ਦਸਤਾਰ ਜਿੱਦਾਂ ਆਪਣੇ ਆਪ ਨੂੰ ਸ਼ੋਅ ਨਹੀਂ ਸੀ ਕਰਦੇ ਬਾਲਾ। ਹਾਂਜੀ ਤੇ ਫਿਰ ਜਦੋਂ ਦੁਬਾਰਾ ਤਾਰੀਫ਼ ਕੀਤੀ ਸੰਤਾਂ ਨੇ ਮੈਂ ਨਾਲ ਦੇ ਇੱਕ ਸਿੰਘ ਨੂੰ ਪੁੱਛਿਆ ਮੈਂ ਵੀ ਇਹ ਸਿੰਘ ਕੌਣ ਆ ਮੈਂ ਪਹਿਲੀ ਵਾਰ ਦੇਖਿਆ। ਹਾਂਜੀ ਕਹਿੰਦੇ ਉਹੀ ਆ ਜਿਹਦੀ ਤਾਰੀਫ਼ ਕਰ ਰਹੇ ਨੇ। ਤੇ ਮੈਨੂੰ ਇੱਕਦਮ ਜਿਵੇਂ ਖਿੱਚ ਜੀ ਪਈ ਵੀ ਇੰਨਾ ਪਾਠ ਕਰਦੇ, ਮੇਰੀ ਵੀ ਇਹੀ ਮੇਰੀ ਲਾਈਨ ਸੀ ਬਸ, ਮੈਂ ਬੰਦਗੀ ਕਰਨੀ ਚਾਹੁੰਦਾ। ਤੇ ਉਸ ਵਕਤ ਉੱਠ ਕੇ ਜਦੋਂ ਅਸੀਂ ਮਿਲੇ ਆਪਸ ਦੇ ਵਿੱਚ, ਮੈਂ ਉਦੋਂ 18 ਕੁ ਸਾਲ ਦੀ ਉਮਰ ਦਾ ਸੀ ਤੇ ਮੈਂ ਸੰਤਾਂ ਦੇ ਦੁਆਲੇ ਇੱਕ ਭਾਈ ਰਾਮ ਸਿੰਘ ਸੁਲਤਾਨਪੁਰੀ ਜਥੇਦਾਰ ਹੁੰਦੇ ਸੀ, ਉਹ ਮੈਂ ਉਹਦੇ ਛੋਟੇ ਛੋਟੇ ਭਜੰਗੀ ਸੀ ਦੁਆਲੇ ਘੁੰਮਦੇ ਫਿਰਦੇ ਇੱਧਰ। ਸੰਤ ਜਰਨੈਲ ਸਿੰਘ ਨੇ ਪਹਿਲਾ ਭਜਨ ਸੀ ਭਜੰਗੀ ਆ ਚੰਚਲਤਾ ਹੀ ਨਹੀਂ ਕਰੀਦੀ। ਤੇ ਮੈਂ ਵੀ ਉਸ ਲਹਿਜੇ ਚ ਕਿਹਾ ਮੈਂ ਚੰਚਲ ਤਾਂ ਫਿਰ ਦੂਰ ਕਰ ਦੋ। ਕਹਿੰਦੇ ਦੂਰ ਕਰੀਏ ਤੈਨੂੰ ਸਾਖੀ ਸੁਣਾਈਏ ਇੱਕ। ਮੈਂ ਕਿਹਾ ਹਾਂਜੀ। ਕਹਿੰਦੇ ਰਾਜਾ ਜਨਕ ਨੂੰ ਕਿਹਾ ਸੀ ਵੀ ਮਨ ਕਿਵੇਂ ਟਿਕ ਜਾਂਦਾ ਤੁਹਾਡਾ, ਸੁਖਦੇਵ ਮੁਨੀ ਨੇ ਕਿਹਾ ਸੀ, ਉਹ ਸ਼ੋਰਟ ਕਰ ਲੈਂਦੇ ਆਪਾਂ। ਉਹ ਕਹਿੰਦੇ ਵੀ ਰਾਜਾ ਜਨਕ ਨੇ ਇੱਕ ਗੱਲ ਕਹੀ ਵੀ ਆਹ ਥਾਲੀ ਵਿੱਚ ਇੱਕ ਕੌਲਾ ਭਰ ਕੇ ਰੱਖਿਆ ਹੋਇਆ ਤੇਲ ਦਾ ਸ਼ਹਿਰ ਚ ਘੁੰਮ ਕੇ ਆ, ਜੇ ਇੱਕ ਬੂੰਦ ਵੀ ਡੁੱਲ ਗਈ ਤਾਂ ਤੇਰਾ ਗਲ ਲਾ ਦਿਆਂਗਾ। ਹੁਣ ਉਹਨੂੰ ਤਾਂ ਆਪਣੇ ਗਲ ਦੀ ਫਿਕਰ ਸੀ। ਰਾਜੇ ਨੇ ਰਸਤੇ ਵਿੱਚ ਕਈ ਪ੍ਰਕਾਰ ਦੇ ਮੇਲੇ ਲਵਾ ਤੇ, ਕਿਤੇ ਸਰਕਸ ਲਾ ਤੀ ਕਿਤੇ ਕੁਛ ਲਾ ਤਾ, ਪਰ ਜਦੋਂ ਵਾਪਸ ਆਇਆ ਇੱਕ ਬੂੰਦ ਵੀ ਨੀ ਡੁੱਲੀ ਹੋਈ ਸੀ। ਰਾਜਾ ਜਨਕ ਕਹਿਣ ਲੱਗਿਆ ਜਾਂ ਆਇਆ? ਕਹਿੰਦਾ ਹਾਂਜੀ। ਕਹਿੰਦਾ ਰਸਤੇ ਵਿੱਚ ਮਦਾਰੀ ਦਾ ਤਮਾਸ਼ਾ ਸੀ, ਰਸਤੇ ਨਾਚ ਗਾਣਾ ਹੋ ਰਿਹਾ ਸੀ, ਰਸਤੇ ਚ ਆਹ ਹੋ ਰਿਹਾ ਸੀ, ਉਹ ਹੋ ਰਿਹਾ। ਉਹ ਕਹਿੰਦਾ ਜੀ ਮੈਨੂੰ ਨੀ ਕੋਈ ਪਤਾ ਹੈ, ਮੈਨੂੰ ਤਾਂ ਇਹ ਸੀ ਵੀ ਜੇ ਬੂੰਦ ਡੁੱਲ ਗਈ ਮੇਰਾ ਗਲ ਲੈ ਜਾਣਾ। ਕਹਿੰਦਾ ਮੇਰਾ ਤਾਂ ਧਿਆਨ ਹੀ ਨੀ ਗਿਆ ਪਾਸੇ। ਮਹਾਂਪੁਰਖ ਕਹਿੰਦੇ ਜਿਹੜੇ ਮਹਾਂਪੁਰਖਾਂ ਦੇ ਜੀਵਨ ਹੁੰਦੇ ਨੇ ਇਸੇ ਤਰ੍ਹਾਂ ਹੀ ਹੁੰਦੇ ਨੇ, ਸੰਸਾਰ ਚ ਵਿਚਰਦੇ ਜ਼ਰੂਰ ਨੇ ਪਰ ਉਹ ਮੌਤ ਨੂੰ ਯਾਦ ਰੱਖਦੇ ਨੇ, ਪਰਮਾਤਮਾ ਨੂੰ ਯਾਦ ਰੱਖਦੇ ਨੇ। ਉਹ ਸੰਸਾਰ ਵਿੱਚ ਹੁੰਦਿਆਂ ਹੋਏ ਨਿਰਲੇਪ ਰਹਿੰਦੇ, ਜਿਵੇਂ ਰਾਜੇ ਇਹਨੇ ਸੁਖਦੇਵ ਮੁਨੀ ਨੇ ਨਹੀਂ ਦੇਖਿਆ ਚਾਰੇ ਪਾਸੇ, ਤੇ ਸੰਤ ਵੀ ਨਹੀਂ ਦੇਖਦੇ। ਕਹਿੰਦੇ ਇਸ ਤਰ੍ਹਾਂ ਮਨ ਟਿਕਦਾ ਇਕਾਗਰਤਾ ਐ ਹੁੰਦੀ। ਉਹ ਪਹਿਲੀ ਸਾਖੀ ਸੀ ਉਹਨਾਂ ਜਿਹੜੀ ਮੇਰੇ ਮਨ ਤੇ ਅਸਰ ਕਰ ਗਈ। ਮਹਾਂਪੁਰਖ ਪਿੰਡ ਜਾਂਦੇ ਸੀ ਖੇਤੀਬਾੜੀ ਕਰ, ਜੋ ਵਿਹਲ ਵਗਣਾ ਫਿਰ ਜਥੇ ਚ ਆ ਜਾਣਾ। ਇਹ ਨਾਰੰਗਵਾਲ ਪਹਿਲੀ ਵਾਰੀ ਕਥਾ ਤੋਂ ਬਾਅਦ ਸੁਖਾਸਨ ਕਰਕੇ ਮਹਾਂਪੁਰਖਾਂ ਨੇ ਕਿਹਾ ਜਰਨੈਲ ਸਿੰਘ ਕਦੇ ਤੁਸੀਂ ਪਿੰਡ ਚਲੇ ਜਾਂਦੇ ਹੋ ਕਦੇ ਆ ਜਾਂਦੇ ਹੋ, ਚੰਗਾ ਜਿਹਾ ਨਹੀਂ ਲੱਗਦਾ, ਪੱਕੇ ਹੀ ਰਹੋ। ਮਹਾਂਪੁਰਖਾਂ ਨੇ ਆਪਣੇ ਤੀਰ ਨਾਲ ਦਰੀ ਦੇ ਉੱਤੇ ਲਾਈਨ ਖਿੱਚਦੀ ਬਾਬਾ ਦੀਪ ਸਿੰਘ ਨੂੰ, ਕਹਿੰਦੇ ਜਾਂ ਤਾਂ ਇੱਧਰ ਟੱਪਿਆ ਤੇ ਜਾਂ ਉੱਧਰ ਖੜਾ ਰਹਿ। ਤੇ ਉਹ ਮੈਂ ਪਹਿਲੀ ਵਾਰੀ ਸੀਨ ਦੇਖਿਆ ਵੀ ਜਿੱਦਾਂ ਬਾਬਾ ਦੀਪ ਸਿੰਘ ਉਹਦੀ ਫੋਟੋ ਦਿਖਾਉਂਦੇ ਨਾ, ਉਹ ਸਿੰਘ ਅੱਗੇ ਪੈਰ ਚੱਕ ਲੈਂਦੇ ਆ, ਮਹਾਂਪੁਰਖਾਂ ਨੇ ਫਿਰ ਚੱਕ ਕੇ ਆਪਣਾ ਚਰਨ ਅੱਗੇ ਰੱਖਤਾ, ਮੁੜ ਕੇ ਨੀ ਗਏ ਘਰ। ਸੰਥਿਆ ਕਰਨ ਦੀ ਸੀ, ਕਿਸੇ ਦੀ ਕਥਾ ਸਿੱਖਣ ਦੀ ਸੀ, ਸਾਡਾ ਆਉਂਦਿਆਂ ਜਿਵੇਂ ਕੋਈ ਪਿਛਲੇ ਪਿਆਰ ਸੀ ਸਾਨੂੰ ਵੀ ਘਿਓ ਖਿਚੜੀ ਹੋ ਗਿਆ ਆਉਂਦਿਆਂ ਹੀ, ਉਹਨਾਂ ਚ ਇੱਕ ਕਸ਼ਿਸ਼ ਸੀ ਬੜੀ, ਪਿਆਰ ਬੜਾ ਕਰਦੇ ਸੀ। ਤੇ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਬਚਪਨ ਤੋਂ ਲੈ ਕੇ ਪੁੱਛੀ ਵੀ ਤੁਸੀਂ ਬਚਪਨ ਤੋਂ ਇਹ ਪਾਠ ਜਪਜੀ ਸਾਹਿਬ ਦੇ ਕਦੋਂ ਸ਼ੁਰੂ ਕੀਤੇ? ਉਹ ਕਹਿੰਦੇ ਪਿਤਾ ਜੀ ਨੇ ਮੈਨੂੰ ਕਿਹਾ ਸੀ, ਭਜੰਗੀ ਆ ਕੇ ਵਿਹਲਾ ਪਿਆ ਸਕੂਲ ਤੋਂ, ਤੀਸਰੀ ਕਲਾਸ ਦੀ ਗੱਲ ਹੈ। ਹੁਣ ਤੀਸਰੀ ਕਲਾਸ ਉਦੋਂ ਸਮਝ ਲਓ ਵੀ ਜੇ ਬੱਚਾ 5 ਸਾਲ ਦੀ ਉਮਰ ਚ ਪਾਇਆ, 8-9 ਸਾਲ ਦੀ ਉਮਰ ਸੀਗੀ ਉਹਦੇ। ਕਹਿੰਦੇ ਮੈਂ 5 ਜਪਜੀ ਸਾਹਿਬ ਸ਼ੁਰੂ ਕਰ ਲਏ, ਫਿਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋਈ 10 ਕਰ ਲਏ, ਫਿਰ 15 ਕਰ ਲਏ। ਜਿਵੇਂ ਅੱਜ ਕਿਸੇ ਨੂੰ ਕਹੀ ਵੀ ਸੰਤ ਜਰਨੈਲ ਸਿੰਘ 151 ਜਪਜੀ ਸਾਹਿਬ ਕਰਦੇ ਸੀ, ਉਹ ਉਹਨਾਂ ਨੇ ਇੱਕੋ ਦਿਨ ਚ ਨੀ ਸ਼ੁਰੂ ਕੀਤੇ, ਹਰੀਆਂ ਸੂਲਾਂ ਸਿੱਟ ਲਈਆਂ ਉੱਪਰ। ਕਹਿੰਦੇ ਮੈਂ ਉਦੋਂ 151 ਜਪਜੀ ਸਾਹਿਬ, 1 5 ਗ੍ਰੰਥੀ, 5 ਬਾਣੀਆਂ, ਰਹਿ ਰਾਸ ਕੀਰਤਨ ਸੋਲਾ ਤੇ 1 ਸਹਿਜ ਪਾਠ ਦਾ ਭੋਗ ਪਾਉਣਾ ਸੀ। ਠੀਕ, ਇੰਨਾ 22 ਘੰਟੇ ਦਾ ਨਿਤਨੇਮ ਸੀ। ਠੀਕ, ਤੇ 24 ਘੰਟੇ ਚ ਅੱਧਾ ਕੱਪ ਦੁੱਧ ਦਾ ਤੇ 1 ਚੱਪਾ ਰੋਟੀ ਖਾਂਦੇ ਸੀ। ਹਾਂਜੀ ਹਾਂਜੀ, ਉਹ ਵੀ ਬਾਹਰੋਂ ਭਾਈ ਵੀਰ ਸਿੰਘ ਉਹਨਾਂ ਦੇ ਭਰਾ ਸੀ ਜਿਹੜੇ, ਉਹ ਬਾਹਰੋਂ ਰੱਖ ਦਿੰਦੇ ਸੀ, ਉਹ ਕਿਸੇ ਦੇ ਮੱਥੇ ਨਹੀਂ ਸੀ ਲੱਗਦੇ। ਰਾਤ ਨੂੰ 11 ਵਜੇ ਸੌਂ ਕੇ ਸਵੇਰੇ 1 ਵਜੇ ਉੱਠ ਜਾਣਾ, ਕਹਿੰਦੇ ਕਿੱਕਰ ਦੀਆਂ ਸੂਲਾਂ ਮੇਰੇ ਪਿੰਡੇ ਚ ਚੁੱਭ ਜਾਣੀਆਂ, ਮੈਂ ਕੱਢ ਦੇਣੀਆਂ। ਕਹਿੰਦੇ ਮੈਂ ਦੇਖਿਆ ਵੀ ਜਿਹੜੀ 2 ਘੰਟੇ ਨੀਂਦ ਆਉਂਦੀ ਸੀ ਨਾ, ਉਹ ਵੀ ਬੜੇ ਆਨੰਦ ਚ ਆਉਂਦੀ ਸੀ, ਭਾਵੇਂ ਕਿੱਕਰ ਦੀਆਂ ਸੂਲਾਂ ਹੀ ਸੀ। ਹਾਂਜੀ, ਯਾਨੀ ਉਹ ਤਪੱਸਿਆ ਇੰਨੀ ਕਰਨੀ, ਨਾਲ ਤਪੱਸਿਆ ਤੇ ਨਾਲੇ ਬੰਦਗੀ। ਹਾਂਜੀ,
ਆਵਾਜ਼ ਆਈ ਮਹਾਰਾਜ ਦੀ ਵੀ ਜਰਨੈਲ ਸਿੰਘ ਮਾਇਆ ਮੰਗ ਬੋਲ ਕਿੰਨੀ ਮਾਇਆ ਚਾਹੀਦੀ ਕੀ ਚਾਹੀਦਾ ਕਹਿੰਦੇ ਮਹਾਰਾਜ ਨੇ ਮੈਨੂੰ ਬੜੀ ਵਾਰ ਇਹ ਸੁਨੇਹਾ ਤੋਂ ਮੰਗ 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 ਕਹਿੰਦੇ ਮੈਂ ਤਾਂ ਇੱਕੋ ਵਚਨ ਕੀਤਾ ਵੀ ਮਹਾਰਾਜ ਆਪ ਜੀ ਨੇ ਬਾਣੀ ਚ ਕਿਹਾ ਕਿ ਮੰਗਣ ਮੰਗ ਤਾਂ ਇੱਕ ਹੈ ਮੰਗ ਨਾਨਕ ਜਾ ਤੇ ਪਰ ਹੈ ਪਰਾਗ ਮੈਨੂੰ ਸਿਰਫ ਤੁਹਾਡੇ ਦਰਸ਼ਨ ਚਾਹੀਦੇ ਆ ਮੈਨੂੰ ਹੋਰ ਨੀ ਕੁਛ ਚਾਹੀਦਾ ਤੇ ਤਾਂਹੀਓ ਮਹਾਰਾਜ ਨੇ ਉਹਨਾਂ ਦੀ ਪਰਖ ਵੀ ਇੰਨੀ ਜ਼ਿਆਦਾ ਲਈ ਕਈ ਵਾਰ ਤੀਜੇ ਦਿਨ ਜਾ ਕੇ ਅੱਧੀ ਅੱਧੀ ਰੋਟੀ ਖਾਣ ਨੂੰ ਮਿਲਦੀ ਸੀ ਘਰ ਚ ਗਰੀਬੀ ਇਤਨੀ ਜ਼ਿਆਦਾ ਮਹਾਰਾਜ ਨੇ ਦੇਤੀ ਵੀ ਪਰਖ ਵੀ ਸੰਤ ਬਾਬਾ ਜਰਨੈਲ ਸਿੰਘ ਦੇ ਖਾਲਸੇ ਬਹੁਤ ਜ਼ਿਆਦਾ ਲਈ ਤੇ ਇਸ ਕਰਕੇ ਉਹਨਾਂ ਵੱਲ ਮੇਰਾ ਤਾਂਹੀਓ ਰੁਝਾਨ ਇੰਨਾ ਵਧਿਆ ਵੀ ਇਹ ਇੱਕ ਪੂਰਨ ਗੁਰਸਿੱਖ ਨੇ ਔਰ ਜੀਵਨ ਬੜਾ ਉੱਚਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਚ ਚਾਰ ਪੰਜ ਵਾਰੀ ਇਸ ਤਰ੍ਹਾਂ ਕਰੜੀ ਕਾਲ ਕਮਾਈ ਕੀਤੀ ਜਿਹਦੇ ਚੋਂ ਇੱਕ ਮੌਕਾ ਮੈਨੂੰ ਉਹਨਾਂ ਦੇ ਨਾਲ ਸ੍ਰੀ ਹਜ਼ੂਰ ਸਾਹਿਬ ਰਹਿਣ ਦਾ ਲੱਗਿਆ ਉਦੋਂ ਅਸੀਂ ਵੀ 101 ਜਪਜੀ ਸਾਹਿਬ ਕੀਤਾ ਉਹਨਾਂ ਨਾਲ 8-9 ਸਿੰਘ ਸੀਗੇ ਉਦੋਂ ਫਿਰ ਮੈਨੂੰ ਮਹਾਂਪੁਰਖਾਂ ਨੇ 3 ਮਹੀਨੇ ਬਾਅਦ ਦੱਸਿਆ ਸੀ ਕਿ ਮੈਨੂੰ ਮੇਰੀ ਇੱਛਾ ਪੂਰੀ ਹੋ ਗਈ ਕਿ ਮੈਨੂੰ ਮਾਤਾ ਸਾਹਿਬ ਕੌਰ ਦੇ ਦਰਸ਼ਨ ਹੋਏ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਮਾਤਾ ਜੀ ਨੇ ਬੇਨਤੀ ਕਰਕੇ 10ਵੇਂ ਪਾਤਸ਼ਾਹ ਦਰਸ਼ਨ ਕਰਾਏ ਤੇ ਕਹਿੰਦੇ ਮੇਰੇ ਮਨ ਚ ਵੀ ਆਈ ਜਿਹੜੇ ਮੇਰੇ ਨਾਲ ਦੇ ਸਿੰਘ ਨੇ ਇਹਨਾਂ ਨੂੰ ਦਰਸ਼ਨ ਕਰਵਾ ਦਈਏ ਕਹਿੰਦੇ ਉਸੇ ਵਕਤ ਹੀ ਉਹ ਸਾਰਾ ਕੌਤਕ ਜਿਹੜਾ ਸੀ ਟੁੱਟ ਗਿਆ ਤੇ ਫਿਰ ਅਸੀਂ ਵਾਂਝੇ ਰਹਿ ਗਏ ਉਦੋਂ ਪਰ ਸਾਡੇ ਹਾਲ ਤੱਕ ਉਹ ਦਿਲ ਵਿੱਚ ਉਹ ਤੜਫਣਾ ਹੀ ਰਹਿੰਦੀ ਆ ਵੀ ਉਹ ਅਫਸੋਸ ਵੀ ਰਹਿੰਦਾ ਹੈ ਮਹਾਰਾਜ ਸਾਨੂੰ ਕਦੋਂ ਕਿਰਪਾ ਕਰੋਗੇ ਹਨਾ ਤੇ ਇਹ ਉਹਨਾਂ ਦੀ ਲਾਈਫ ਸੀ ਇੱਕ ਅੱਛੀ ਵੀ ਜਿਹਦੇ ਵਿੱਚ ਮੈਂ ਉਹਨਾਂ ਦੀ ਆਮ ਜਿਹੜੇ ਵਰਲਡ ਦੇ ਵਿੱਚ ਸੰਗਤਾਂ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਦੀਆਂ ਨੇ ਹੋਰ ਲੋਕ ਜਿਹੜੇ ਸਿੱਖਤਾ ਵਿੱਚ ਦੇਖਦੇ ਹੀ ਨੇ ਦੂਸਰੇ ਧਰਮਾਂ ਵਾਲੇ ਸ਼ਾਇਦ ਸਮਝਦੇ ਨੇ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਪਰ ਜਿਹੜੇ ਨਾਲ ਰਹਿ ਕੇ ਪਤਾ ਲੱਗਦਾ ਉਹਨਾਂ ਦੇ ਅੰਦਰ ਜਿਹੜੇ ਇੱਕ ਚੰਗੇ ਗੁਰਸਿੱਖ ਵਾਲੇ ਗੁਣ ਸੀ ਨਾ ਉਹ ਸਾਰੇ ਗੁਣ ਸੀ ਉਹਨਾਂ ਦੇ ਵਿੱਚ। ਤੁਸੀਂ ਬਹੁਤ ਛੋਟੀ ਉਮਰ ਤੋਂ ਲੈ ਕੇ